ਆਪਦੀ ਆਪ ਹੀ ਪਿੰਜਰੇ 'ਚ ਵੜ ਵੜ ਬੈਠੀ ਜਾਂਦਾ। ਲੈ ਲੈ ਫੁੱਕ ਰਿਹਾ, ਉਹ ਫੁੱਕ ਰਿਹਾ, ਉਹ ਫੁੱਕ ਰਿਹਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ, ਗੁੱਡ ਮੋਰਨਿੰਗ, ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ। ਕਰਦੇ ਸ਼ੁਰੂ ਅੱਜ ਦਾ ਵਲੌਗ, ਹਲਕੀ ਜਿਹੀ ਟਿੱਕੀ ਸੂਰਜ ਦੀ ਨਿਕਲੀ ਆ। ਵੈਸੇ ਤਾਂ ਸੂਰਜ ਤਾਂ ਵਧੀਆ ਨਿਕਲਦਾ, ਪਰ ਉੱਥੇ ਕਾਰਨ ਆ ਧੂੰਆਂ ਜਿਹਾ ਚੜਿਆ ਹੋਇਆ, ਧੁੰਦ ਨਹੀਂ ਹੈਗੀ, ਧੂੰਆਂ ਬਹੁਤ ਜ਼ਿਆਦਾ ਪਰਾਲੀ ਦਾ, ਉਹਦੇ ਕਰਕੇ ਜਿਹੜਾ ਆ ਲੱਗਦਾ ਆ। ਅਤੇ ਬਾਕੀ ਸ਼ੁਰੂ ਕਰਦੇ ਅੱਜ ਦਾ ਵਲੌਗ, ਵੇਖਣੇ ਫਿਰ ਕੀ ਬਣਦਾ ਜੁੜਦਾ ਅੱਜ ਦੇ ਵਲੌਗ ਦੇ ਵਿੱਚ। ਅੱਜ ਵੈਸੇ ਆਪਾਂ ਫਿਰ ਬਰਨਾਲੀ ਜਾਣਾ, ਕੱਲ੍ਹ ਮੇਰੀ ਨਿਬੇੜੀ ਆ ਸਾਰੀ, ਅੱਜ ਜੋਤ ਹੋਣਾ ਦੀ ਕੰਪਲੀਟ ਕਰਨੀ ਆ, ਫਿਰ ਇਹ ਤੋਂ ਬਾਅਦ ਜੋਤ ਹੋਣਾ ਦਾ ਕੋਈ ਮਤਲਬ ਮਾੜਾ ਮੋਟਾ ਨਿੱਕਾ ਮੋਟਾ ਜਿਹੜਾ ਕੋਈ ਰਹਿ ਜੂਗਾ ਤਾਂ ਕੀ ਰੱਖਣਾ। ਜੇ ਜੋਤ ਹੋਣਾ ਦੀਆਂ ਜੁੱਤੀਆਂ ਜੱਤੀਆਂ ਤਾਂ ਆ ਗਈਆਂ ਸੀਗੀਆਂ, ਹੀਲ ਵਗੈਰਾ ਜਾਂ ਕੁਛ ਉਹ ਲੈਣੀਆਂ ਆ, ਠੀਕ ਆ, ਭੈਣ ਨੇ ਵੀ ਲੈਣਾ, ਕਰਨੀ ਮਾੜੀ ਮੋਟੀ ਸ਼ੋਪਿੰਗ, ਅਤੇ ਅੱਜ ਤਕਦੀਰ ਦੀ ਸ਼ੋਪਿੰਗ ਕਰਨੀ ਅਸਲ ਦੇ ਵਿੱਚ, ਆਪਾਂ ਤਕਦੀਰ ਦਾ ਨਿਬੇੜ ਦੇਣਾ ਅੱਜ ਕੰਮ। ਅਤੇ ਉਸ ਤੋਂ ਬਾਅਦ ਜਿਹੜਾ ਆ ਫਿਰ ਆਪਣੀ ਟੈਨਸ਼ਨ ਆ ਜਿਹੜੀ ਉਹ ਖਤਮ ਹੋ ਜੂਗੀ, ਵੀ ਸਾਰਾ ਮਤਲਬ ਆਲਮੋਸਟ ਸਾਰਿਆਂ ਦਾ ਨਿਬੜ ਜੂ, ਇਕੱਲੀ ਮਨਦੀਪ ਰਹਿ ਜੂਗੀ, ਮਨਦੀਪ ਦੀ ਸ਼ੋਪਿੰਗ ਨਾਲ ਨਾਲ ਹੋਈ ਜਾਂਦੀ ਆ, ਬਾਕੀ ਮਨਦੀਪ ਦੀ ਜਿਹੜੀ ਕੋਈ ਮਾੜੀ ਮੋਟੀ ਰਹਿ ਜੂਗੀ ਉਹ ਜਿੱਦੇ ਆਊਗੀ ਉਦੇ ਉਹਨੂੰ ਦਵਾ ਦੇਵਾਂਗੇ, ਅਤੇ ਬਾਕੀ ਸਾਰਿਆਂ ਦਾ ਕੰਪਲੀਟ ਹੀ ਹੈ ਕੰਮ। ਅਤੇ ਅੱਜ ਆਪਾਂ ਬਸ ਜਾਣਾ ਫਿਰ ਬਰਨਾਲੇ, ਕਰਦੇ ਸ਼ੁਰੂ ਅੱਜ ਦਾ ਵਲੌਗ, ਦੇਖਦੇ ਹਾਂ ਫਿਰ ਕੀ ਬਣਦਾ ਜੁੜਦਾ ਅੱਜ ਦੇ ਵਲੌਗ ਦੇ ਵਿੱਚ। ਵੈਸੇ ਕੋਸ਼ਿਸ਼ ਤਾਂ ਕਰੀਦੀ ਆ ਵੀ ਸਵੇਰੇ ਜਲਦੀ ਜਾਇਆ ਜਾਵੇ, ਪਰ ਕਾਰਨ ਇਹ ਬਣ ਜਾਂਦਾ ਯਾਰ ਵੀ ਜਦੋਂ ਰਾਤ ਨੂੰ ਲੇਟ ਆਏ ਹੁੰਦੇ ਆ ਨਾ, ਤਾਂ ਫਿਰ ਸਵੇਰੇ ਉੱਠ ਨਹੀਂ ਹੁੰਦਾ। ਹੁਣ ਜੋ ਧੁਨੀਆਂ ਅਜੇ ਉੱਠੀਆਂ ਨਹੀਂ ਆ, ਅਤੇ ਮੈਂ ਵੀ ਹੁਣ ਉੱਠ ਕੇ ਬਸ ਵਲੌਗ ਐਡਿਟ ਕਰਕੇ ਅਤੇ ਚਾਹ ਚੂ ਪੀ ਕੇ ਅਤੇ ਹਜੇ ਹੁਣ ਬਸ ਹੁਣੀ ਬਾਹਰ ਨਿਕਲਿਆ, ਅਤੇ ਰੋਟੀ ਰਾਟੀ ਖਾਂਦਿਆਂ ਨੂੰ 11 ਵੱਜ ਹੀ ਜਾਂਦੇ ਆ ਮੱਲੋ ਮੱਲੀ, ਪਰ ਅੱਜ ਚਲੋ ਥੋੜ੍ਹੇ ਕੰਮ ਆ ਅਤੇ ਅੱਜ ਆਪਾਂ ਜਲਦੀ ਮੁੜੇ ਆਵਾਂਗੇ, ਕੋਈ ਮਤਲਬ ਉਹ ਨਹੀਂ ਹੈਗਾ। ਬਰਨਾਲੇ ਵੀ ਮੁੜਨਾ ਨਾਲੇ, ਮਲੇਰਕੋਟਲੇ ਦਾ ਵੀ ਇਹੀ ਸੀਗਾ, ਇਸ ਕਰਕੇ ਭੈਣ ਨੂੰ ਕੱਲ੍ਹ ਨਾਲ ਨਹੀਂ ਲੈ ਗਏ, ਮੈਂ ਕਿਹਾ ਵੀ ਐਵੇਂ ਵਿਚਾਰੀ ਨਾਲ ਦੂਸਰਾ ਖੱਜਲ ਹੁੰਦੀ ਫਿਰੂਗੀ, ਕਿਉਂਕਿ ਕੱਲ੍ਹ ਆਪਾਂ ਤੋਂ ਸਾਰੇ ਕੰਮ ਨਿਬੜਨੇ ਨਹੀਂ ਸੀਗੇ ਅਸਲ ਦੇ ਵਿੱਚ, ਵੇਟ ਤਾਂ ਵੈਸੇ ਕੱਲ੍ਹ ਹੀ ਆਉਂਦੇ ਭਾਵੇਂ ਦੀ, ਪਰ ਸਾਰੇ ਕੰਮ ਨਿਬੜਨੇ ਨਹੀਂ ਸੀ, ਕਿਉਂਕਿ ਜਦੋਂ ਮਲੇਰਕੋਟਲੇ ਜਾਂਦੇ ਤਾਂ ਗਾਂਹ ਡੇਢ ਘੰਟੇ ਦੀ ਵਾਟ ਬਣ ਜਾਂਦੀ ਬਰਨਾਲੇ ਤੋਂ, ਫਿਰ ਬਰਨਾਲੇ ਨਹੀਂ ਕੁਛ ਟਾਈਮ ਲੱਗਦਾ, ਤਾਂ ਉਹਦੇ ਕਰਕੇ ਜਿਹੜਾ ਕੱਲ੍ਹ ਮਲੇਰਕੋਟ ਨੂੰ ਨਿਬੇੜਤਾ, ਅਤੇ ਅੱਜ ਜਿਹੜਾ ਆਪਣਾ ਬਰਨਾਲੇ ਵੀ ਨਿਬੇੜ ਦਾਂਗੇ, ਫਿਰ ਆਪਣੀ ਟੈਨਸ਼ਨ ਖਤਮ ਆ, ਮਤਲਬ ਘੱਟ ਜੂਗੀ, ਕਿਉਂਕਿ ਇਸ ਤੋਂ ਬਾਅਦ ਆਪਾਂ ਖਰੀਦੋ ਫਰੋਖਤ ਨਹੀਂ ਕਰ ਸਕਦੇ, ਇਸ ਤੋਂ ਬਾਅਦ ਤਾਂ ਵਿਆਹ ਦੇ ਜਿਹੜੇ ਕੰਮ ਸ਼ੁਰੂ ਹੋ ਜਾਣੇ ਬਸ ਆਉਣ ਵਾਲੇ 4 ਕੁ ਦਿਨਾਂ ਦੇ ਵਿੱਚ ਵਿੱਚ, ਅਤੇ ਫਿਰ ਤੁਹਾਨੂੰ ਪਤਾ ਹੀ ਆ ਫਿਰ ਕਿੱਥੇ ਕੰਮ ਹੁੰਦੇ ਹੈ ਨਾ। ਹਾਂਜੀ ਬੜੀ ਜੀ, ਬਾਹਰ ਜਾਣਾ ਚਾਹੁੰਦੇ ਹੋ, ਚੱਲ ਗਏ ਲੈ ਕੇ ਜਾਵਾਂ ਬਾਹਰ, ਚੱਲ ਆ ਜਾ। 2:19 ਹੋ ਗਏ ਅਤੇ ਆਪਾਂ ਪਹੁੰਚ ਗਏ ਅੱਜ ਬਰਕਾ ਨਾਲਾ, ਬਰਨਾਲਾ, ਅਤੇ ਅੱਜ ਆਪਣੇ ਨਾਲ ਗੱਗੂ ਵੀ ਸਪੈਸ਼ਲ ਤੌਰ 'ਤੇ, ਕਹਿੰਦੇ ਵੀ ਮੈਨੂੰ ਲੈ ਕੇ ਜਾਓ, ਮੈਂ ਘਰ ਬੋਰ ਹੋ ਜਾਂਦੀ ਹਾਂ, ਸੋ ਇਸ ਕਰਕੇ ਆਪਾਂ ਜਿਹੜਾ ਗੱਗੂ ਨੂੰ ਵੀ ਲਿਆਏ ਅੱਜ ਨਾਲ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਚੱਲੇ ਹਾਂ ਲਿਟਲ ਮੀ ਵਾਲਿਆਂ ਦੇ, ਕਿਉਂਕਿ ਆਪਾਂ ਆਲਵੇਜ਼ ਉੱਥੇ ਹੀ ਜਾਂਦੇ ਹਾਂ ਹੈ ਨਾ, ਤਕਦੀਰ ਦੀ ਜਦੋਂ ਕੋਈ ਵੀ ਸ਼ੋਪਿੰਗ ਕਰਨੀ ਹੁੰਦੀ ਹੈ, ਅਤੇ ਤਕਦੀਰ ਲਈ ਅੱਜ ਲੈਣੇ ਹੈਗਾ, ਨਹੀਂ ਤੇ ਫਿਰ ਜਵਾਕ ਨਹੀਂ, 5 ਜਵਾਕਾਂ ਦੀ ਸ਼ੋਪਿੰਗ ਸੀ ਇੱਥੇ ਹੋਣੇ ਹੁੰਦੇ ਬਾਈ ਲਿਟਲ ਮੀਨ ਤੇ, ਠੀਕ ਹੈ ਬੋਇਜ਼ ਐਂਡ ਗਰਲਸ। ਹਾਂ ਹੇ ਹੇ ਬੇਬੀ, ਹੇ ਬੇਬੀ ਤੁਹਾਡੀ ਸ਼ੋਪਿੰਗ ਹੋ ਗਈ ਆ, ਫੜ ਜਾ ਆ ਯਾ ਲਿਟਲ ਮੀ ਬਾਈ ਹੋਰਾਂ ਦੀ ਸ਼ੋਪ, ਕੱਢ ਲੈ ਜਿੰਨੇ ਵੀ ਸੀਗੇ ਲੀੜੇ ਲੱਪੇ, ਚਲੋ ਮੇਰੀ ਪੈਂਟ ਚੱਕ ਲਈ ਗੱਗੂ, ਐ ਨਾ ਸਿੱਟੀ ਇਹ ਬੱਕ ਦੇ ਗਾਂ ਸਵਾਰ ਕੇ ਬੈਠੀ, ਮੈਂ ਕ ਬੋਲ ਨਹੀਂ ਸਕਦਾ ਹੁਣ ਸਾਡੇ ਮੂਰੇ, ਕਿਉਂਕਿ ਮੈਂ ਕ ਸਾਰਿਆਂ ਨਾਲ ਐਕਸਪੈਂਸਿਵ ਚੱਲ ਰਿਹਾ ਹਜੇ ਤੱਕ। ਪ੍ਰੀਤੀ ਲਿੰਗ ਹਾਊਸ ਤੇ ਤੇ ਤਕਦੀਰ ਇੱਥੇ ਆ ਕੇ ਖੇਡਣ ਲੱਗ ਗਈ, ਲਹਿੰਗਾ ਲਵਾਤਾ
ਲਹਿੰਗਾ ਦੇਖਣਾ ਸੀਗਾ ਉਹ ਕਰਨਾ ਸੀ ਸਿਲੈਕਟ ਉਹ ਕਰ ਲਿਆ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਲੈਣੀਆਂ ਵਿਆਹ ਲਈ ਹੀਲਸ ਉਹ ਲੈਣੀਆਂ ਆ ਆਊਟਲੈਟ 'ਚੋਂ ਬਰਨਾਲੇ ਅਤੇ ਹੁਣ ਆਪਾਂ ਉੱਧਰ ਹੀ ਚੱਲੇ ਹਾਂ ਅਤੇ ਮਨਪ੍ਰੀਤ ਉਹਨਾਂ ਨੂੰ ਵੀ ਕੀਤਾ ਫੋਨ ਕਿਉਂਕਿ ਉਹਨਾਂ ਨੇ ਵੀ ਨਾਲ ਸ਼ਾਇਦ ਮਨਪ੍ਰੀਤ ਨੇ ਵੀ ਇਹਨਾਂ ਦੇ ਨਾਲ ਹੀ ਖਰੀਦਣੀ ਹੈ ਅਤੇ ਉਹ ਵੀ ਆਪਾਂ ਹੁਣ ਉੱਥੇ ਚੱਲ ਕੇ ਲੈਂਦੇ ਹਾਂ ਉਹ ਵੀ ਆਉਂਦੇ ਆ ਉੱਧਰ ਦੀ ਅਤੇ ਫਿਰ ਆਪਾਂ ਜਿਹੜਾ ਆ ਕੁਛ ਮਨਪ੍ਰੀਤ ਦਾ ਗੱਡੀ 'ਚ ਪਿਆ ਸਮਾਨ ਆਪਣੀ 'ਚ ਉਹ ਵੀ ਦੂਸਰਾ ਉਹਨੂੰ ਫੜਾਉਣਾ ਆ ਅਤੇ ਚੱਲਦੇ ਹਾਂ ਹੁਣ ਉੱਧਰ ਨੂੰ ਅਤੇ ਕੁਛ ਖਾਣੇ ਪੀਣੇ ਵੀ ਆ ਕਿਉਂਕਿ ਭੁੱਖ ਬਹੁਤ ਲੱਗੀ ਪਈ ਆ ਬ੍ਰਾਈਡਲ ਆਪਣੇ ਲਈ ਬ੍ਰਾਈਡਲ ਹੀਲ ਦੇਖ ਰਹੀ ਹਾਂ ਬਹੁਤ ਸੋਹਣੀਆਂ ਆ ਵੀ ਦੇਖ ਰਹੇ ਹਾਂ ਆ ਵੀ ਦੇਖ ਰਹੇ ਹਾਂ ਦੇਖੋ ਇਹਨਾਂ 'ਚ ਕਿਹੜੀ ਡਿਸਾਈਡ ਹੁੰਦੀ ਆ ਮੈਂ ਅੱਜ ਔਨਲਾਈਨ ਦੇਖ ਲਈ ਸੀ ਬ੍ਰਾਈਡਲ ਲਈ ਹੀਲਾਂ ਦੇਖਣ ਆ ਕੇ ਗੱਗੂ ਤੂੰ ਤਾਂ ਲੈਣੀ ਹੀਲ ਹੈ ਵਧੀਆ ਯਾਰ ਸ਼ੂਜ਼ ਇੰਨਾ ਵੀ ਘੈਂਟ ਹੁੰਦੇ ਹੈ ਨਾ 20% ਆਫ ਤੇ ਮਾੜਾ ਬਹੁਤ ਹੈ ਆਪਣੇ ਕੰਮ ਦੇ ਨਹੀਂ ਹੈਗੇ ਤਕਦੀਰ ਤੂੰ ਵੀ ਲੈਣੀ ਹੈ ਹੈਂ ਤੂੰ ਵੀ ਲੈਣੀ ਹੈ ਕਿੱਦਾਂ ਦੋਨੇ ਪਾ ਕੇ ਦੇ ਦੂਜੀ ਵੀ ਦਿਓ ਦੂਸਰਾ ਪੈਰ ਦੀ ਸੋਹਣੀ ਲੱਗਦੀ ਪਰ ਕਿਵੇਂ ਅੱਗੇ ਕਿਵੇਂ ਉਹ ਦੂਜਾ ਅੱਗੇ ਵਾੜ ਕਰਾ ਦਈਏ ਵੈਲਡ ਕਰਾ ਦਈਏ ਸੁਜੈਸ਼ਨ ਚ ਸੁਜੈਸ਼ਨ ਲਈ ਬੰਦੇ ਸੱਦੇ ਸਪੈਸ਼ਲ ਸਤਿ ਸ੍ਰੀ ਅਕਾਲ ਜੀ ਚੱਕਣੀ ਆ ਚਲੋ ਲੋ ਵੀ ਬਲੂ ਪੈਰਟ ਵਾਲਿਆਂ ਤੋਂ ਬਹਿਨਾ ਕੀ ਤੋਂ ਮਿਲ ਗਈ ਅਭੀ ਜੋਤ ਕੀ ਨਹੀਂ ਮਿਲੀ ਭੈਣ ਦੀ ਹੀਲ ਤਾਂ ਮਿਲ ਗਈ ਜਿਹੜੀ ਲਹਿੰਗੇ ਦੇ ਨਾਲ ਪਾਉਣੀ ਆ ਬ੍ਰਾਈਡਲ ਅਤੇ ਅਸਲ ਦੇ ਵਿੱਚ ਨਾ ਇੱਥੇ ਹੋਈ ਪਈ ਆ ਧੂੰਆਂ ਬਹੁਤ ਹੋਇਆ ਪਿਆ ਅਤੇ ਉਹਦੇ ਕਰਕੇ ਨਾ ਸਾਹ ਜਿਹਾ ਔਖਾ ਆਉਂਦਾ ਅਤੇ ਗੱਡੀਆਂ ਆਪਾਂ ਤਾਂ ਹੀ ਨੇੜੇ ਲਿਜਾ ਰਹੇ ਹਾਂ ਹੁਣ ਉੱਧਰੋਂ ਦੇਖ ਰਹੀਆਂ ਹੀਲ ਕੋਈ ਜੋਤ ਦੀ ਅਤੇ ਮਨਦੀਪ ਦੀ ਨਹੀਂ ਮਿਲੀ ਅਤੇ ਹੁਣ ਉੱਧਰ ਜਾ ਰਹੇ ਹਾਂ ਉੱਧਰੋਂ ਦੇਖਦੇ ਹਾਂ ਵੀ ਮਿਲਦੀ ਹੈ ਕਿ ਨਹੀਂ ਮਿਲਦੀ ਪਤਾ ਨਹੀਂ ਉੱਥੇ ਜਾ ਕੇ ਪਤਾ ਲੱਗੂਗਾ ਹਜੇ ਤਾਂ ਅਤੇ ਬਾਕੀ ਭੁੱਖ ਬਹੁਤ ਲੱਗੀ ਪਈ ਆ ਯਾਰ ਇਹ ਪਤਾ ਨਹੀਂ ਹੁਣ ਮੇਰੇ ਹਿਸਾਬ ਨਾਲ ਵੀ ਖਾ ਹੋਊ ਕਿ ਨਹੀਂ ਖਾ ਹੋਊ ਕੁਛ ਕਿਉਂਕਿ ਜਿੰਨਾ ਇਹ ਲੇਟ ਕਰੀ ਜਾਂਦੀਆਂ 7 ਵੱਜ ਗਏ ਆ ਉਹ ਦੇਖੋ ਮੈਂ ਤਾਂ ਰਹਿ ਗਈ ਓਏ ਓ ਭੂਆ ਬਾਹਰੋਂ ਆਈ ਆ ਤਾਂ ਭੂਆ ਨੂੰ ਲੁੱਟ ਲੁੱਟ ਖਾ ਜਾਓ ਬਈ ਉਹਨੂੰ ਮੈਂ ਤਾਂ ਕਿਹਾ ਸੀ ਭੂਆ ਬਾਹਰੋਂ ਆਈ ਆ ਤਾਂ ਭੂਆ ਨੂੰ ਕੀ ਆ ਇਹ ਵੱਡੀ ਭਤੀਜੀ ਤਾਂ ਰਹੇਗੀ ਕੀ ਆ ਇਹ ਮੈਂ ਤਾਂ ਰਹੇਗੀ ਭੈਣੇ ਚੱਲੋ ਲੈ ਲਓ ਤੁਸੀਂ ਲੈ ਲਓ ਓਹ ਡੋਲ ਲਈ ਆ ਵਾਹ ਵਾਹ ਗੋਲ ਕੁੱਟੀਆਂ ਨੂੰ ਡੋਲ ਪਸੰਦ ਆ ਗਈ ਜੋਤ ਜੇ ਹੁਣ ਇਥੋਂ ਨਾ ਮਿਲੀ ਨਾ ਤੇ ਫੇਰ ਬਠਿੰਡੇ ਤੋਂ ਪਾ ਦਾਂਗੇ ਫਿਰ ਕੀ ਆ
ਨਾ ਤਾਂ ਕਹਿ ਨਹੀਂ ਸਕਦਾ ਮੈਂ ਤਾਂ ਸਾਡੀ ਜੋਰ ਦਾ ਡਰ ਮੈਂ ਕਿਹਾ ਸੀ ਵਾਕ ਕਰਦੇ ਕਰਦੇ ਪਹੁੰਚ ਗਏ ਵਾਕ ਸਟੋਰ ਮੈਂ ਕੀ ਕਰ ਸਾਨੂੰ ਪਤਾ ਕਿਉਂ ਨਹੀਂ ਕਹਿ ਰਿਹਾ ਕਿਉਂਕਿ ਅਜੇ ਤੱਕ ਸਾਰਿਆਂ ਨਾਲ ਐਕਸਪੈਂਸਿਵ ਸਾਰੇ ਪਰਿਵਾਰ ਚ ਮਹਿੰਗੇ ਮੇਰੇ ਲੀੜੇ ਬਣੇ ਆ ਅੱਜ ਕੀ खान पीन लगे हैं खा पी के निकलांगे इथों क्योंकि फिर लेट भी वाहवा हो गए धूआं बहुत आ मम्मा आउंदी है पता आउंदी आउंदी है हां ले हीला लेके हूँ आप चलीए खा पी लिया और रज ले रोटी पानी की भुख पई किसी है नी चलो बस ठीक हूँ आप चलीए घर घंटे सवा घंटे घर ही जाना सीधा कितने नहीं रुकते क्योंकि फिर मुड़ के लेट वाह हो जाएंगे तो औखा हो जाएगा चलो जी चलिए हम घर तो घर जाके तुम दिखाने तकदीर के कपड़े भी आप कि शॉपिंग की है इना सोना कहती गगू यमी मम्मा मम्मा आई ईयर माउथ नोज कौन कहता मेरा पुत बोलता नहीं कौन कहता मेरा पुत बोलता नहीं संगता देख लो पिछे मरझाइया ही पईया भी अज मैं कहीं पाना सी भी अद्धे घंटे की गल हां गगू मैं कहता सी घंटे की शॉपिंग हो जानी जो तो घंटे च नहीं मैं कहता सी मेरी हील का मेनु हजे भी डाउट घरे जाके पा के देखूंगी दो चार बारी घूम के देखूंगी जे मेनु सही लगी तो ठीक आ हील थोड़ी घट लग रही है कुछ मर्जी करी जो क्यों उथे आया सी गंगानगर दिखाउंदी सी हां जिथो जुझार दे कपड़े ले सी जिद कर दी निगाह पै गई इस गुड्डी फिर दीदी बेचारी पर्स लेके आई तेनू फिर इन गुड्डी लेके दिती जेडी हुण मेरे पैरां च सिट्टी होई चक ओनू अपनी डॉल नू हैं बाले खरा रहे प्रीटी जिंटा आ गगू गगू पहला गगू कह पहला गगू कह पहला गगू गीते बना लिया
ਗੱਗੂ ਨੂੰ ਕਹਿੰਦੀ ਮੇਰਾ ਲਵ ਹੀ ਪੀ ਲਿਆ ਬਾਰ ਬਾਰ ਗੱਗੂ ਦੀਦੀ ਚੱਲ ਕਰੀਏ ਗੱਗੂ मंगाए सी दीपू क्या ने समर दे मंगाए सी ते मोदी पुणा दे दो सूट हा समर दे है मखा भी लिया देंगे ब्यास ते मंगाए सी ना पक्की आने सी कपड़े मंगाए कपड़े मंगाए हुने आया फोन कौन दा कपड़ा जी हैं अल्टर हो जाती है छोटी थले माड़ी मोटी मोदी पता मोदी पता पेंट मोदी पदी एक चलो लावांगे बुखार वेखी जांदी उहदा बड़ी ना जगदीर की दे कपड़े आ ओ ये भी समर दे पा दे तकदीर दे सारे ते होर एक जीन दी फराक अजे कुछ नहीं संद है पैसे भी नहीं लाए उन्हें लाए अजे तो लाए आज नहीं लाए घरे पौन भी है नहीं ना ये कोई सियाल आले पिछले साल पर लाई का डंगा हूँ उच्चे हो गए ऐतकी होने के घरे पौन आले भी लियाने से सारे हूँ कट्ठे ही लेंदा आप पजामी वड्डी है थोड़ी जी कटनी पऊ मुड़ी नहीं है।
ਮੋਟੇ ਆ ਮੈਂ ਕਿਹਾ ਰਾਤ ਬਰਾਤੇ ਗਈ ਨਹੀਂ ਹੁਣ ਵਿਆਹ ਚ ਰਾਤ ਬਰਾਤੇ ਤੇ ਨਿਆਣਾ ਇਹਨੇ ਤਾਂ ਨਾਲ ਹੀ ਰਹਿਣਾ ਹੁਣ ਕੱਪੜਾ ਲੀੜਾ ਤਾਂ ਚਾਹੀਦਾ ਕਿ ਨਹੀਂ ਇਹਦੇ ਹੁਣ ਉਦੋਂ ਜਨਵਰੀ ਦੇ ਲਏ ਹੋਏ ਕੱਪੜੇ ਚੱਜ ਨਾਲ ਜਨਵਰੀ ਚ ਲਏ ਸੀ ਉਦੋਂ ਜਦੋਂ ਮਲੇਸ਼ੀਆ ਗਏ ਆ ਉਦੋਂ ਗਰਮੀ ਵਾਲੇ ਲਏ ਸੀਗੇ ਰਾਤ ਰੂਤ ਵਾਲੀਆਂ ਪਜਾਮੀਆਂ ਛੋਟੀਆਂ ਕਰ ਦੂਗੀ ਬਿੱਗੂ ਮੋੜ ਕੇ ਰਾਤ ਰੂਤ ਨੂੰ ਪੈਣ ਨੂੰ ਜੋਤ ਲਈ ਪਾਉਣ ਨੂੰ ਵਿਆਹ ਚ ਕੱਲੀ ਲਾਲੀ ਰਹਿ ਗਈ ਲਾਲੀ ਵੀਡੀਓ ਕਾਲ ਤੇ ਦਿਖਾਉਂਦੇ ਸੀਗੇ ਉਹ ਦੂਜਾ ਆਂਦੀ ਵੀ ਮੇਰੇ ਮਿਰਚਾ ਮੁੜ ਕੇ ਉਹ ਹੋ ਜਾਊਗਾ ਤੇ ਫਿਰ ਲਾਲੀ ਦਾ ਮੈਂ ਕਿਹਾ ਵੀ ਤੂੰ ਜਿੱਦੇ ਆਈ ਤੈਨੂੰ ਉੱਦੇ ਦਵਾ ਦੇਵਾਂਗੇ ਬਸ ਬਾਕੀ ਉਹਦਾ ਲੀੜਾ ਲੱਤਾ ਸਾਰਾ ਹੋਇਆ ਹੀ ਪਿਆ ਆਹੀ ਲੈਣੀ ਆ ਹੀਲ ਜੀ ਅੱਡੀ ਜੀ ਵਾਲੀ ਬਸ ਕੱਪੜੇ ਤਕਦੀਰ ਨੂੰ ਜੁੜ ਗਏ ਬਹੁਤ ਪਰ ਵਿਆਹ ਵੀ ਤਿੰਨ ਆ ਭਾਪੇ ਦੇ ਕਹਿਣਾ ਨੂੰ ਇੱਕ ਤਾਂ ਆਹੀ ਆ ਟੌਪ ਮਹਿਕਦੀਪ ਨੂੰ ਬਹੁਤ ਪਸੰਦ ਆਇਆ ਸੀ ਚੈੱਕ ਵਾਲਾ ਮੋਦੀਪ ਨੂੰ ਮਹਿਕਦੀਪ ਕਹਿੰਦਾ ਸੀ ਮੈਂ ਮੋਦੀਪ ਨੂੰ ਲੈ ਕੇ ਦਿੰਦਾ ਸੀ ਇਹੋ ਜਿਹਾ ਪਰ ਮੋਦੀਪ ਦੇ ਪਸੰਦ ਨਹੀਂ ਆਇਆ ਤੇ ਇਹਦੇ ਵਿੱਚ ਛੋਟਾ ਸਾਈਜ਼ ਜਿਹੜਾ ਆਪਾਂ ਤਕਦੀਰ ਲੈ ਲਿਆ ਪਹਿਲੀ ਆਹ ਤੇ ਇਹ ਫਰਾਕ ਮੈਨੂੰ ਬਾਹਰ ਟੰਗੀ ਹੋਈ ਸੀ ਹਨਾ ਦੇਖਦੇ ਸਾਰੇ ਸਾਨੂੰ ਪਸੰਦ ਆ ਗਈ ਸੀਗੀ ਤੇ ਇੱਕ ਇਹ ਵਾਲੀ ਫਰਾਕ ਮੈਂ ਸੋਚਦੀ ਇਹ ਪਾ ਦਾਂ ਵਿਆਹ ਚ ਕਮੈਂਟ ਕਰਕੇ ਦੱਸੋ ਕਿਉਂਕਿ ਇਹ ਥੋੜ੍ਹੀ ਜਿਹੀ ਉਹ ਲੁੱਕ ਆਉਂਦੀ ਹੈ ਹਨਾ ਟੌਪ ਹਾਂ ਟੌਪ ਨਾਲ ਆ ਤੇ ਆਹ ਵਾਲੀ ਫਰਾਕ ਹੈ ਇੱਕ ਇਹ ਸਾਰੀਆਂ ਹੈਗੀਆਂ ਫਰਾਕਾਂ ਹੀ ਆ ਹਾਂ ਇਹ ਤੁਸੀਂ ਮਤਲਬ ਇਹ ਇਹਦੇ ਨਾਲ ਮਤਲਬ ਜੈਕਟਾਂ ਪੈ ਸਕਦੀਆਂ ਪਜਾਮੀਆਂ ਪੈ ਸਕਦੀਆਂ ਆ ਤੇ ਗਰਮੀਆਂ ਚ ਤਾਂ ਤਕਦੀਰ ਕੱਲੀ ਫਰਾਕ ਹੀ ਪਾਉਂਦੀ ਆ ਵੀ ਥੱਲੇ ਕੁਛ ਨਹੀਂ ਪਾਉਂਦੀ ਹੈਗੀ ਮਤਲਬ ਬਲੂਮਰ ਪਾਉਂਦੀ ਆ ਵੀ ਪਜਾਮੀ ਇਹ ਹੁਣ ਸਿਆਲ ਆ ਜਿਵੇਂ ਕਿ ਇਹਦੇ ਨਾਲ ਪੈਂਟ ਵੀ ਪਾ ਸਕਦੇ ਆ ਪੈਂਟਾਂ ਦੇ ਕਲਰ ਆਪਾਂ ਇਹੋ ਜਿਹੇ ਲਿਆਂਦੇ ਆ ਵੀ ਉਹ ਹਰੇਕ ਦੇ ਚੱਲ ਜਾਣਗੇ ਇਹਦੇ ਨਾਲ ਮੈਨੂੰ ਥੋੜਾ ਕਨਫਿਊਜ਼ਨ ਇਹ ਨਾ ਵਾਈਟ ਪਜਾਮੀ ਜਾਊਗੀ ਹੈਨਾ ਇਹ ਉਹਦੇ ਮਤਲਬ ਉੱਦਾਂ ਨਹੀਂ ਪੈਣੀ ਹੈਗੀ ਵੀ ਆਪਾਂ ਕਿਸੇ ਪੈਂਟ ਨਾਲ ਬਾਕੀ ਮੈਚਿੰਗ ਹੋ ਵੀ ਜਾਂਦੀ ਹੁੰਦੀ ਹੈ ਨਾ ਬੱਚਿਆਂ ਦਾ ਤਾਂ ਕੀ ਹੁੰਦਾ ਆ ਤੇ ਇੱਕ ਆਹ ਵਾਲੀ ਫਰਾਕ ਆ ਤੇ ਆਹ ਵਾਲੀ ਵੀ ਦੀਦੀ ਵੱਲੋਂ ਆ ਠੀਕ ਆ ਦੋ ਫਰਾਕਾਂ ਦੀਦੀ ਵੱਲੋਂ ਆ ਤੇ ਬਾਕੀ ਸਾਰੇ ਕੱਪੜੇ ਤੁਹਾਨੂੰ ਆਪਾਂ ਦਿਖਾ ਦਿੰਦੇ ਆਹ ਵੀ ਫਰਾਕ ਬਹੁਤ ਸੋਹਣੀ ਲੱਗੀ ਹੈ ਸਭ ਤੋਂ ਸੋਹਣਾ ਤੇ ਯੂਨੀਕ ਮੈਨੂੰ ਇਹਦਾ ਕਲਰ ਲੱਗਾ ਇਹ ਖਰੋਸ਼ੀਏ ਨਾਲ ਬੁਣਿਆ ਹੋਇਆ ਆ ਇੱਕ ਚੀਜ਼ ਮੈਂ ਕਹਿੰਦੀ ਇਹਦਾ ਸਟੱਫ ਬਹੁਤ ਮੋਟਾ ਆ ਹਾਂ ਮੋਟੀ ਆ ਹਾਂ ਬਹੁਤ ਮੋਟੀ ਆ ਵੀ ਵਿਆਹ ਦੇ ਵਿੱਚ ਇਹ ਵੀ ਚੱਲ ਸਕਦੀ ਆ ਵਿਆਹ ਦੇ ਕਿਉਂਕਿ ਵਿਆਹ ਆਪਾਂ ਨੂੰ ਹੁਣ ਦੋ ਤਿੰਨ ਆ ਤਿੰਨ ਵਿਆਹ ਆ ਤੇ ਖੁਸ਼ ਹੋਈ ਪਈ ਆ ਕੱਪੜੇ ਕਾਕੇ ਦੇਖ ਸੋਹਣੇ ਆ ਕੱਪੜੇ ਤਿੰਨ ਚਾਰ ਵਿਆਹ ਆ ਆਪਾਂ ਨੂੰ ਫਿਰ ਉਸ ਹਿਸਾਬ ਨਾਲ ਹੀ ਆਪਾਂ ਇਹਦੇ ਹਜੇ ਥੋੜੇ ਬਹੁਤ ਅਸੀਂ ਉਹਨਾਂ ਨੂੰ ਕਿਹਾ ਆ ਕਿਉਂਕਿ ਜਿੰਨੇ ਵਧੀਆ ਵਧੀਆ ਆਰਟੀਕਲ ਸੀ ਆਪਾਂ ਸਾਰੇ ਚੱਕ ਲਏ ਸੀਗੇ ਤੇ ਉਹਨਾਂ ਨੂੰ ਕਿਹਾ ਵੀ ਥੋੜੇ ਬਹੁਤ ਜਿਹੜੇ ਰਹਿ ਗਏ ਉਹ ਤੁਸੀਂ ਲਿਆਇਓ ਫਿਰ ਅਸੀਂ ਇੱਕ ਗੇੜਾ ਹੋਰ ਲੱਗਣਾ ਸਾਡਾ 16 ਤਰੀਕ ਨੂੰ ਸ਼ੁਰੂ ਲੈਣਾਗੇ ਤੇ ਆਹ ਇੱਕ ਆਪਾਂ ਇਹਦੇ ਲਈ ਜੀਨ ਲੈ ਕੇ ਆਂਦੀ ਆ ਤਕਦੀਰ ਦੇ ਜੀਨਸ ਆਪਾਂ ਇੱਥੋਂ ਖੁੱਲੀਆਂ ਲਿਆਉਣੇ ਆ ਕਿਉਂਕਿ ਇਹਨੂੰ ਥੋੜੀ ਜਿਹੀ ਖੁੱਲੀ ਚੀਜ਼ ਪਸੰਦ ਆ ਤੇ ਇਹ ਹੁਣ ਹਰੇਕ ਦੇ ਨਾਲ ਜਿਵੇਂ ਹੁਣ ਇਹਦੇ ਨਾਲ ਆਹ ਵਾਲੀ ਨਾਲ ਤੁਸੀਂ ਦੇਖ ਲਓ ਡੈਨਮ ਨਾਲ ਵੀ ਇਹ ਸੋਹਣੀ ਲੱਗੂਗੀ ਠੀਕ ਆ ਜੇ ਆਪਾਂ ਇਹਨੂੰ ਇਹਦੇ ਨਾਲ ਪਾਉਣਾ ਹੋਵੇ ਇਹਦੇ ਨਾਲ ਵੀ ਸੋਹਣੀ ਲੱਗੂਗੀ ਜਿਵੇਂ ਹੁਣ ਸਿਆਲ ਆ ਗਿਆ ਸੋ ਉਸ ਹਿਸਾਬ ਨਾਲ ਆਪਾਂ ਜਿਹੜੇ ਆ ਕੱਪੜੇ ਹੁਣ ਇਹ ਹਜੇ ਇਹ ਡਿਸਾਈਡ ਨਹੀਂ ਹੈਗਾ ਕਿਹੜਾ ਕਦੋਂ ਪਾਉਣਾ ਕਿਹੜਾ ਕਦੋਂ ਪਾਉਣਾ ਆ ਬਸ ਲੈ ਆਉਂਦੇ ਆ ਬਾਕੀ ਮੌਕੇ ਤੇ ਜਿਹੜੀ ਚੀਜ਼ ਸੋਹਣੀ ਲੱਗੂਗੀ ਉਵੇਂ ਉਵੇਂ ਇਹਦੇ ਪਾ ਦਾਂਗੇ ਹਨਾ ਇਹਦੇ ਨਾਲ ਦੀ ਤਾਂ ਤੁਸੀਂ ਤਕਦੀਰ ਕੋ ਫਰਾਕ ਦੇਖੀ ਹੋਊਗੀ ਬਹੁਤ ਹੰਡਾਈ ਹੈ ਤਕਦੀਰ ਨੇ ਉਹ ਤੇ ਹੁਣ ਆਪਾਂ ਉਹਦੇ ਨਾਲ ਦਾ ਇਹਦੇ ਲਈ ਨਾਈਟ ਸੂਟ ਲੈ ਆਏ ਆ ਬੈਲਬਟ ਦਾ ਇਹ ਅਸੀਂ ਥੋੜੀ ਜਿਹੀ ਜਿਵੇਂ ਹੁਣ ਮੰਨ ਕੇ ਚੱਲੋ ਵੀ ਜਦੋਂ ਮਨਿੰਦਰ ਦੇ ਵਿਆਹ ਤੇ ਜਾਗੋ ਹੋਊਗੀ ਹਨਾ ਜਾਂ ਆਪਾਂ ਜਿੱਥੇ ਵੀ ਜਾਣਾ ਵਿਆਹਾਂ ਤੇ ਆਪਣੇ ਘਰੇ ਵੀ ਰਾਤ ਨੂੰ ਠੰਡ ਹੋ ਜਾਂਦੀ ਹੈ ਹਨਾ
ਫਿਰ ਉਸ ਹਿਸਾਬ ਨਾਲ ਵੀ ਕਈ ਵੇਲੇ ਬੱਚਾ ਫਰੋਕ ਵਗੈਰਾ ਲਾ ਦਿੰਦਾ ਆ ਤੇ ਆਪਾਂ ਉਹ ਚੀਜ਼ਾਂ ਕਰਕੇ ਫਿਰ ਆਪਾਂ ਉਹਦੇ ਲਈ ਇਹੋ ਜਿਹੇ ਨਾਈਟ ਸੂਟ ਲਿਆ ਆ ਇੱਕ ਦੋ ਕੁ ਤਾਂ ਕਿ ਜਿਹੜੇ ਇਹਨੂੰ ਠੰਡ ਲੱਗਦੀ ਹੋਵੇ ਤਾਂ ਆਪਾਂ ਪਾ ਸਕਦੇ ਹਾਂ ਤੇ ਇੱਕ ਆ ਵਾਲਾ ਇਹ ਤਾਂ ਮੇਰੇ ਹਿਸਾਬ ਨਾਲ ਵੀ ਕਿ ਪੂਰੀ ਠੰਡ 'ਚ ਪਊਗਾ ਪੂਰੀ ਠੰਡ ਵਾਲਾ ਹੀ ਵੈਸੇ ਤਾਂ ਪਰ ਜ਼ਿਆਦਾ ਠੰਡ ਹੋਵੇ ਤਾਂ ਪਾ ਦਿੰਦਾ ਬੰਦਾ ਜ਼ਿਆਦਾ ਠੰਡ ਹੋਵੇ ਤਾਂ ਬੰਦਾ ਇਕੱਲਾ ਹੀ ਪਾ ਦਿੰਦਾ ਆ ਇਹ ਤੇ ਜੇ ਬਾਹਲੀ ਠੰਡ ਹੋਊਗੀ ਤਾਂ ਫਿਰ ਇਹਦੇ ਥੱਲੇ ਲੀੜੇ ਵੀ ਪੈ ਜਾਣਗੇ ਸੋ ਥੋੜ੍ਹੇ ਜਿਹੇ ਅਸੀਂ ਕੱਪੜੇ ਇਸ ਵਾਰੀ ਇਹਦੇ ਵੱਡੇ ਸਾਈਜ਼ ਦੇ ਲਿਆਂਦੇ ਆ ਤੇ ਇਹਦਾ ਪਜਾਮਾ ਮੈਨੂੰ ਬਹੁਤ ਸੋਹਣਾ ਲੱਗਾ ਜੇ ਇਹੋ ਜਿਹਾ ਕਿਸੇ ਟੇਲਰ ਨੂੰ ਪੁੱਛ ਲਵਾਂਗੇ ਭਾਵੇਂ ਦੀ ਹਨਾ ਜੇ ਇਹੋ ਜਿਹਾ ਕੱਟ ਦੁਬਾਰਾ ਪੈ ਜਾਵੇ ਇੱਥੋਂ ਇਹਨੂੰ ਕੱਟ ਕੇ ਵੀ ਬਾਕੀ ਲੰਬਾ ਬਹੁਤ ਹੋਊਗਾ ਇਹਦੇ ਆਹ ਤਾਂ ਪੂਰੀ ਪੂਰੀ ਆਊਗੀ ਬਟ ਆਹ ਵਾਲਾ ਜਿਹੜਾ ਇਹਦੇ ਲੰਬਾ ਹੋਊਗਾ ਸੋ ਇਹਨੂੰ ਆਪਾਂ ਕੱਟ ਕਰਕੇ ਐਵੇਂ ਦਾ ਕੱਟ ਇੱਥੇ ਪਵਾ ਸਕਦੇ ਉਹ ਟੇਲਰ ਨਾਲ ਗੱਲ ਕਰ ਲਾਂਗੇ ਆਪਾਂ ਤੇ ਇੱਕ ਇਹ ਵਾਲਾ ਬਲੈਕ ਕਲਰ ਦਾ ਤੇ ਇੱਕ ਆਹ ਵਾਲਾ ਨਾਈਟ ਸੂਟ ਆਪਾਂ ਇਹਦੇ ਲਈ ਇਹਨੂੰ ਨਾਈਟ ਵੇਅਰ ਵੀ ਪਾ ਸਕਦੇ ਹੋ ਤੁਸੀਂ ਨਾਰਮਲੀ ਵੀ ਜਿਵੇਂ ਘੱਟ ਠੰਡ ਹੋਈ ਤੇ ਸਿੰਗਲ ਇਹ ਪੈ ਸਕਦਾ ਇਹ ਤੇ ਇਹਦੇ ਨਾਲ ਜਿਹੜੀ ਆ ਰਿਬ ਵਾਲੀ ਪਜਾਮੀ ਬਣੀ ਹੋਈ ਆ ਬਹੁਤ ਸੌਫਟ ਆ ਮੈਨੂੰ ਨਾ ਕਿਸੇ ਨੇ ਇੰਸਟਾਗ੍ਰਾਮ ਤੇ ਵੀ ਮੈਸੇਜ ਕੀਤਾ ਸੀਗਾ ਵੀ ਸਾਡੇ ਬ੍ਰਦਰ ਦੀ ਮੈਰਿਜ ਆ ਅਸੀਂ ਮਤਲਬ ਤੁਸੀਂ ਲਿਟਲ ਮੀ ਤੋਂ ਕੱਪੜੇ ਲਿਆਉਣੇ ਉੱਥੋਂ ਵਧੀਆ ਕੱਪੜੇ ਮਿਲ ਜਾਂਦੇ ਆ ਮੈਂ ਕਿਹਾ ਵਧੀਆ ਮਿਲ ਜਾਂਦੇ ਵੀ ਕੈਜੂਅਲ ਜਿਹਾ ਵੀ ਮਿਲ ਜਾਂਦੇ ਆ ਪਾਰਟੀ ਵੇਅਰ ਵੀ ਮਿਲ ਜਾਂਦੇ ਜਿਵੇਂ ਦੇ ਤੁਸੀਂ ਚਾਹੁੰਦੇ ਹੋ ਉਵੇਂ ਦੇ ਮਿਲ ਜਾਂਦੇ ਆ ਤੇ ਇੱਕ ਆਹ ਵਾਲਾ ਪਜਾਮਾ ਬਾਲਾ ਘੈਂਟ ਲੱਗਾ ਸੀ ਮੈਨੂੰ ਮਤਲਬ ਜਿਹੜੇ ਪਜਾਮੇ ਵੀ ਸੀਗੇ ਇਹਦੇ ਸਾਈਜ਼ ਦੇ ਆਪਾਂ ਸਾਰੇ ਛਾਂਟ ਛਾਂਟ ਕੇ ਜਿਹੜੇ ਕੱਢ ਲਏ ਸੀ ਦੀਦੀ ਨੇ ਠੀਕ ਆ ਤੇ ਆ ਨਾਰਮਲ ਪਜਾਮੀਆਂ ਲਿਆਂਦੀਆਂ ਜਿਵੇਂ ਹੁਣ ਵਾਲੇ ਵੈਦਰ 'ਚ ਇਹਦੇ ਵਧੀਆ ਪੈ ਜਾਣਗੀਆਂ ਇੱਕ ਆਹ ਪਜਾਮੀਆਂ ਇਹਦੇ ਨਾਲ ਵੀ ਮੈਂ ਕਹਿੰਦੀ ਪਾ ਆ ਵੇਖ ਪੈ ਸਕਦੀਆਂ ਇਹਦੇ ਨਾਲ ਇਦਾਂ ਵੀ ਪੈ ਸਕਦੀਆਂ ਆਫ ਵਾਈਟ ਗ੍ਰੇ ਜੇ ਇਹਦੇ ਨਾਲ ਵੀ ਹਰੇਕ ਚੀਜ਼ ਹਰੇਕ ਦੇ ਨਾਲ ਚੱਲ ਜਾਂਦੀ ਹੁੰਦੀ ਆ ਆ ਪਜਾਮਾ ਵੀ ਥੋੜਾ ਜਿਹਾ ਵੱਡਾ ਆ ਪਰ ਇਹਦਾ ਕੱਪੜਾ ਬਹੁਤ ਸੋਹਣਾ ਸੀਗਾ ਇਸ ਕਰਕੇ ਫਿਰ ਮੈਂ ਇਹ ਵੀ ਲੈ ਹੀ ਜਾਂਦਾ ਮੈਂ ਕਿਹਾ ਇਹਨੂੰ ਘਟਾ ਕੇ ਥੋੜਾ ਜਿਹਾ ਜਾਂ ਇਹਨੂੰ ਫੋਲਡ ਕਰ ਦਿੰਦੇ ਆ ਵੈਸੇ ਫੋਲਡ ਕਰਦੀ ਨਹੀਂ ਇਹਨੂੰ ਥੋੜਾ ਜਿਹਾ ਥੋੜਾ ਘਟਾ ਕੇ ਇਹਦੇ ਸਾਈਜ਼ ਦਾ ਕਰ ਦਾਂਗੇ ਸਭ ਤੋਂ ਘੈਂਟ ਡੈਨਮ ਦੀ ਜੈਕਟ ਮੇਰੇ ਕੋਲ ਤਾਂ ਮੈਂ ਇੱਕੋ ਸੀ ਦੋਨਾਂ ਕੋਲ ਇਹੋ ਜਿਹੀ ਹੈ ਨਾ ਮੈਂ ਤੇ ਇਹ ਇਹਦੇ ਲਈ ਜੈਕਟ ਆਪਾਂ ਲਿਆਂਦੀ ਇੱਕ ਇਹਦੇ ਕੋਲ ਜੈਕਟ ਹੈਗੀ ਆ ਜਿਹੜੀ ਅਸੀਂ ਮਲੇਸ਼ੀਆ ਜਾਣ ਵੇਲੇ ਮਲੇਸ਼ੀਆ ਥਾਈਲੈਂਡ ਜਾਣ ਵੇਲੇ ਲਈ ਸੀਗੀ ਤੇ ਇੱਕ ਅਸੀਂ ਸੋਚਿਆ ਜੈਕਟ ਇਹਦੇ ਲਈ ਹੋਰ ਲੈ ਲੈਂਦੇ ਹਾਂ ਦੋ ਜੈਕਟਾਂ ਹੋ ਜਾਣਗੀਆਂ ਤੇ ਕੁਛ ਕੋਟੀਆਂ ਦੀਦੀ ਵੀ ਲੈ ਕੇ ਆਏ ਹੋਏ ਆ ਇਹਦੇ ਲਈ ਤੇ ਉਹ ਵੀ ਚੱਲ ਜਾਣਗੀਆਂ ਉਹ ਨਾਰਮਲ ਮੌਸਮ ਦੇ ਵਿੱਚ ਪੈ ਜਾਣਗੀਆਂ ਸੋ ਇਹਦੇ ਕੋਲ ਜੈਕਟਾਂ ਵੀ ਹੈਗੀਆਂ ਦੋ ਮੋਟੀਆਂ ਤੇ ਦੋ ਤਿੰਨ ਕੋਟੀਆਂ ਹੈਗੀਆਂ ਸੋ ਇਹਦਾ ਦੀਦੀ ਕੱਪੜੇ ਜਿਹੜੇ ਲਿਆਏ ਉਹ ਥੋੜੇ ਜਿਹੇ ਬੜੇ ਸਾਈਜ਼ ਦੇ ਆ ਜਿਹੜੇ ਇਹਦੇ ਲੰਬੇ ਲੰਬੇ ਆ ਹਨਾ ਉਹ ਤੇ ਦੇਖਾਂਗੇ ਜੇ ਉਹ ਵੀ ਸਟਾਈਲ ਕਰਨੀ ਹੋਵੇ ਉਹ ਵੀ ਇਹਦੇ ਸਟਾਈਲ ਕਰ ਦਾਂਗੇ ਠੀਕ ਆ ਤੇ ਇੱਕ ਆਹ ਵਾਲੀ ਇਹ ਵੀ ਮਹਿਕਦੀਪ ਦੀ ਪਸੰਦ ਦੀ ਆ ਇਹ ਮਹਿਕਦੀਪ ਨੂੰ ਬਹੁਤ ਪਸੰਦ ਆਈ ਸੀਗੀ ਸਟਫ ਬਹੁਤ ਵਧੀਆ ਆ ਡੈਨਮ ਆ ਬਟ ਇਹ ਜਿਹੜੀ ਥੋੜੀ ਸੌਫਟ ਵਾਲੀ ਡੈਨਮ ਹੁੰਦੀ ਹੈ ਉਹ ਵਾਲੀ ਆ ਤੇ ਆਹ ਵੀ ਇਹ ਅਸੀਂ ਨਾਰਮਲ ਪਾਉਣ ਨੂੰ ਲਿਆਂਦੇ ਆ ਤੇ ਸਭ ਤੋਂ ਸੋਹਣਾ ਬਸ ਇਸ ਵਾਰੀ ਰੱਬ ਕਰਕੇ ਇਹਦਾ ਨਾਈਟ ਸੂਟ ਕੋਈ ਚੱਕ ਕੇ ਨਾ ਲੈ ਕੇ ਜਾਵੇ ਕਿਉਂਕਿ ਇਹਦਾ ਇੱਕ ਨਾਈਟ ਸੂਟ ਸੀ ਪਤਾ ਹੀ ਨਹੀਂ ਕਿੱਥੇ ਗਿਆ ਉਹ ਵਾਈਟ ਕਲਰ ਦਾ ਲਾਈਨਾਂ ਵਾਲਾ ਆਹ ਦੇਖੋ ਇਹ ਇੱਦਾਂ ਪਜਾਮਾ ਬਣਿਆ ਹੋਇਆ ਤੇ ਇੱਦਾਂ ਨਾਈਟ ਸੂਟ ਬਣਿਆ ਹੋਇਆ ਹਨਾ ਬਸ ਇਹੀ ਆਪਾਂ ਜਿਹੜੇ ਬਾਕੀ ਇਹਦੇ ਲਈ ਜੁਰਾਬਾਂ ਲੈ ਕੇ ਆਏ ਸੀ ਆਪਾਂ ਦੋ ਤਿੰਨ ਜੋੜੇ ਦੋ ਜੋੜੇ ਦੀਦੀ ਨੇ ਪੇਜ ਇਹਨਾਂ ਦਾ ਬਾਈ ਹਰੋਂ ਦਾ ਪੇਜ ਆ ਇੰਸਟਾਗ੍ਰਾਮ ਤੇ ਮੀ ਲਿਟਲ ਦੇ ਨਾਂ ਤੇ ਹਾਂ ਤੇ ਬਾਕੀ ਦੋ ਜੋੜੇ ਐਡੀਡਾਸ ਦੇ ਜੁਰਾਬਾਂ ਦੇ ਦੀਦੀ ਲੈ ਆਏ ਸੀਗੇ ਤੇ ਦੋ ਤਿੰਨ ਮੈਂ ਆਹ ਲੈਣੀਆਂ ਵੀ ਜੇ ਜ਼ਿਆਦਾ ਠੰਡ ਹੋਈ ਤਾਂ ਆਹ ਪਾ ਸਕਦੇ ਆ ਠੀਕ ਆ ਜੇ ਨਾਰਮਲ ਹੋਈ ਤਾਂ ਉਹ ਦੀਦੀ ਵਾਲੀਆਂ ਪਾ ਸਕਦੇ ਆ ਹੋਵੇ ਆਪਣੇ ਕੋਲ ਬੈਕਅਪ ਹੋਵੇ ਕਿਉਂਕਿ ਮੌਸਮ ਬਦਲਦਾ ਇੱਕ ਮਿੰਟ 'ਚ ਬਦਲ ਜਾਂਦਾ ਇੱਕ ਮਿੰਟ 'ਚ ਠੰਡ ਹੋ ਜਾਂਦੀ ਇੱਕ ਮਿੰਟ 'ਚ ਗਰਮੀ ਸੋ ਆਪਾਂ ਉਸ ਹਿਸਾਬ ਨਾਲ ਇੰਨੇ ਦਿਨ ਤਾਂ ਹੀ ਰੁਕੇ ਹੋਏ ਸੀਗੇ ਵੀ ਸਾਨੂੰ ਥੋੜ੍ਹਾ ਜਿਹਾ ਵੈਦਰ ਸਮਝ ਆ ਜਾਵੇ ਵੀ ਆਪਾਂ ਕਿਹੋ ਜਿਹੇ ਕੱਪੜੇ ਲਿਆਉਣੇ ਆ ਤੇ ਇਹ ਸਾਰੇ ਜਿਹੜੇ ਆਪਾਂ ਅੱਜ ਤਕਦੀਰ ਲਈ ਸ਼ੋਪਿੰਗ ਕੀਤੀ ਤੇ ਮੇਰੀ ਹੀਲ ਵੀ ਦਿਖਾ ਦਿਓ ਜਿਹੜੀ ਮੈਂ ਵਿਆਹ ਲਈ ਲੈ ਕੇ ਆਈ ਹਾਂ ਚੱਕ ਕੇ ਦਿਖਾ ਦਿਓ ਨਾ ਬਾਈ ਬਹੁਤ ਇਸ ਹੀਲ ਪਿੱਛੇ ਬਹੁਤ ਸਾਡੀ ਜੀਜੋ ਜੁਦਾਈ ਹੋਈ ਆ ਮੈਂ ਕਹਿੰਦੀ ਗੱਡੀ ਜੀ ਵੀ ਕਹਿੰਦੇ ਸੀ ਆਉਂਦੇ ਹੋਏ ਮੈਂ ਕਿਹਾ ਸੀਗਾ ਵੀ ਜੇ ਮੈਨੂੰ ਨਾ ਸਹੀ ਲੱਗੀ ਫਿਰ ਮੈਂ ਬਦਲ ਕੇ ਲਿਆਉਣੀ ਆ ਕਿਉਂਕਿ ਤੇ ਚਲੋ ਜੀ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸੋ ਵਲੌਗ ਕਿੱਦਾਂ ਲੱਗਿਆ ਤੇ ਹੁਣ ਡਿੱਗਦੇ ਹਾਂ ਬੈੱਡ 'ਤੇ ਬਾਏ ਬਾਏ ਜੀ ਗੁੱਡ ਨਾਈਟ।